हाँ जी लाला जी, की नाम है जी तुम्हारा? रहमत अली। रहमत अली? हाँ जी रहमत अली। हाँ जी रहमत अली। अच्छा जी, जो सन 47 वेले जो वंड पई है ते तुसी किड्डे क सो? मैं 18 साल दा। 18 साल दे हो, उदो कम शम करदे सो कोई? हाँ काम हाथियां दे काम ते जांदे। हाँ किया दे काम ते जांदे हो, ते किदे को केड़े मालक को काम करदे हो जी? मालक को दूं दूं साई कीता सी, मैं नथू को कीता सी। हाँ फिर नथू जेड़ा वो भी हिंदू ही सी? कोई हिंदू सी नथू? नहीं मुसलमान। अच्छा मुसलमान। एक दूजा जी को कीता सी, वो कौन सी? वो गंडा सिंह दे कारखाने कीता सी। गंडा सिंह ओबीरा है? ठीक ठीक। अच्छा सही हो गया। अच्छा ते उस वेले दी कोई गल सुनाओ के इत्थे जदों महला सी ते तुहाडा कोई यार दोस्त भी है सी सिखां चो हिंदुआं चो? हिंदुआं चो है सी अंबर डुड्डा। अंबर डुड्डा? अच्छा। ओदा पुत्तर वड्डा वो यार दोस्त सी। हाँ हाँ हाँ। बनारसी ओदा इत्थे मर गया सी। अच्छा अच्छा। गोलियां खा के। हाँ हाँ। माशा जी कपड़े दुकान थी ओदी। की नाम सी ओदा? माशा। माशा। हाँ। अच्छा अच्छा। कपड़े दी ओदी दुकान सी। हाँ हाँ हाँ। उन्हें आप ही अंदरों सन लाई सी। अच्छा अच्छा। ये बंदे मिलवाए थे। अच्छा अच्छा अच्छा। ਐਵੇਂ ਫਾਲਤੂ ਬੰਦੇ ਫੜ ਕੇ ਮਾਰੀ ਗਈ ਭੁੱਲ ਕੇ। ਉਹ ਇੱਕ ਫਿਰ ਥਾਣੇਦਾਰ ਆਇਆ ਬਦਲ ਕੇ। ਅੱਛਾ। ਉਹ ਲਗਾ ਆਖਣ ਸੰਨ ਅੰਦਰੋਂ ਦੀ ਨਹੀਂ ਲੱਗੀ ਬਾਹਰੋਂ ਦੀ ਸੰਨ ਲੱਗੀ ਤੇ ਫਿਰ ਪਤਾ ਲੱਗਦਾ ਤੁਸਾਂ ਇੱਟਾਂ ਪੁੱਟ ਕੇ ਅੰਦਰ ਧਰੀਆਂ ਨੇ ਤੇ ਇੱਟਾਂ ਦੇ ਬਾਹਰ ਜਾਣੀਆਂ। ਅੱਛਾ। ਫਿਰ ਉਹਦਾ ਭਰਾ ਸੀ ਇੱਕ ਮਾਝੇ ਦਾ ਇੰਦਰ। ਇੰਦਰ? ਇੰਦਰ ਉਹਨੇ ਦਾਣੇ ਪੀਣ ਵਾਲੀ ਚੱਕੀ ਲਾਈ। ਉਹ ਵੀ ਜਾਣਦਾ ਸੀ ਸਾਨੂੰ। ਅੱਛਾ ਅੱਛਾ। ਫਿਰ ਜਿਹੜੇ ਕੋਠੀ ਦੇ ਹਨ ਖੱਤਰੀ ਇਹ ਬ੍ਰਹਮਾ ਵਿੱਚ ਰਹੇ ਸਨ। ਇਹਨਾਂ ਹੰਸਰਾਜ ਹੀ ਕਹਿ ਰਹੇ ਹਨ ਉਹਨੇ ਹੰਸਰਾਜ। ਅੱਛਾ ਅੱਛਾ। ਤੇ ਉਹਨਾਂ ਦਾ ਭਾਈ ਸੀ ਇੱਕ ਹੋਰ ਹੰਸਰਾਜ ਦਾ? ਉਹਦਾ ਮੈਨੂੰ ਨਾਮ ਭੁੱਲ ਗਿਆ। ਅੱਛਾ ਅੱਛਾ। ਤੇ ਕਾਰੋਬਾਰੀ ਸਨ ਵਾਹਵਾ ਇਹ ਲੋਕ? ਉਹ ਬੜੇ ਸੌਖੇ ਬੰਦੇ ਆ। ਕੋਠੀ ਉਹਨੇ ਹੀ ਬਣਾਈ ਸਾਡੇ ਪਿੰਡ 'ਚ ਪਹਿਲਾਂ। ਅੱਛਾ ਅੱਛਾ ਅੱਛਾ। ਅਤੇ ਇੱਥੇ ਸਿੱਖ ਵੀ ਹੈ ਸੀ ਕੋਈ? ਸਿੱਖ ਇੱਕੋ ਹੀ। ਉਹਦਾ ਕੀ ਨਾਮ ਹੈ ਜੀ? ਪੰਜਾਬ ਖੱਤਰੀ। ਪੰਜਾਬ? ਅੱਛਾ ਪੰਜਾਬ ਖੱਤਰੀ। ਸਾਰਾ ਉਹਦਾ ਗੋ ਗਿਆ। ਉਹਦੇ ਬੱਚੇ ਵੀ ਹੈ ਸਨ? ਉਹ ਪੰਜਾਬ ਦੇ? ਆਹੋ ਆਹ ਬੱਚੇ ਵੀ ਦੋ ਹੈ। ਅੱਛਾ। ਅਤੇ ਕੋਈ ਉਹਦੇ ਬੱਚੇ ਕਿਸੇ ਦਾ ਨਾਂ ਹੁੰਦਾ ਤੁਹਾਨੂੰ? ਨਹੀਂ ਛੋਟੇ ਸਨ। ਮੁਜ਼ਫਰਪੁਰ ਵਾਲੇ ਫਾਟਕ ਦੇ ਉਲਦੇ ਪਾਸੇ। ਅੱਛਾ। ਉਹਨੂੰ ਐਸੇ ਭਾਈ ਉਹ ਬੜਾ ਜਣਾ ਸੀ। ਉਹਨੂੰ ਭਾਈ ਐਸੇ ਬਲਮ ਉਹ ਸਾਡੇ ਪਿੰਡ ਦਾ ਸੀ ਚਾਚਾ ਕਰੀਮ। ਉਹਨੂੰ ਕਹਿੰਦਾ ਚਾਚਾ ਮੈਨੂੰ ਪਾਣੀ ਪਿਆ ਉਹ ਛੱਪੜੀ ਜਿਹੀ ਪਾਣੀ ਪਿਆਇਆ ਤੇ ਉਹ ਇੱਥੋਂ ਵੀ ਵਗ ਜਾਂਦਾ ਸੀ ਪਾਣੀ ਕਿਤੇ ਪੀਂਦਾ। ਹਾਂ ਜੀ ਬੜਾ ਬਹੁਤ ਹੀ ਜਿਹੜਾ ਨਾ ਮਤਲਬ ਪਰੇਸ਼ਾਨੀ ਵਾਲਾ ਦੌਰ ਸੀ ਉਹ। ਬੜੇ ਜ਼ੁਲਮ ਹੋਏ ਉਹਦੇ ਵਿੱਚ ਲੋਕਾਂ ਦੇ ਵਿੱਚ। ਲੋਕਾਂ ਨੂੰ ਇੱਥੋਂ ਛੱਡ ਕੇ ਜਿਹੜਾ ਆਪਣਾ ਆਪ ਸਾਰਾ ਕੁਛ ਜਿਹੜਾ ਜਾਣਾ ਪਿਆ। ਉਹਨਾਂ ਦੇ ਦਾਦੇ ਪੜਦਾਦੇ ਪੁਸ਼ਤਾਂ ਇੱਥੇ ਰਹਿ ਰਹੀਆਂ ਸਨ ਫਿਰ ਉਹਨਾਂ ਨੂੰ ਛੱਡ ਛਡਾ ਕੇ ਸਾਰਾ ਕੁਝ। ਬੜਾ ਔਖਾ ਲੱਗਾ ਹੋਣਾ ਜੀ ਉਹਨਾਂ ਨੂੰ ਜਾ ਕੇ। ਬੜਾ ਔਖਾ ਗਏ ਤੇ ਜਾਣ ਲੱਗਿਆ ਕੋਈ ਮਿਲ ਕੇ ਗਿਆ ਹਜੇ ਕੋਈ ਗੱਲ ਕਹੀ ਕਿਸੇ ਨੇ? ਜਾਣ ਲੱਗਿਆ ਘੁਮਿਆਰ ਮਿਲ ਕੇ ਗਏ ਹਨ ਭਗਤ ਮਿਲ ਕੇ ਗਏ ਸਨ। ਹਾਂ ਹਾਂ ਉਹ ਮਿਲ ਕੇ ਗਏ ਸਨ ਤੇ ਅਸੀਂ ਉਹ ਦੌੜ ਰਹੇ ਸਨ। ਹਾਂ 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 ਤੇ ਉਹ ਗੱਡੀ ਇੱਥੇ ਡੱਕੀ ਸੀ ਫੌਜੀਆਂ ਨੇ। ਦੋ ਫੌਜੀ ਹੁਣ ਕੋਠੀ ਦੇ ਵਿੱਚ ਪਹਿਰੇਦਾਰ ਤੇ ਗਾਲੀ ਵਾਢੇ ਅੱਗੇ ਛੋਟੀ ਸੀ। ਸ਼ਹਿਰ ਦੇ ਮੁੰਡੇ ਆਏ ਸਨ ਨਿਆਣੇਪੁਰਿਆਂ ਦੇ ਮੁਨੱਫਰਪੁਰ ਦੇ ਸਾਡੇ ਪਿੰਡ ਦੇ। ਉਹਨਾਂ ਇੱਕ ਮਿਆਰਾਂ ਜਾ ਕੇ ਤੇ ਭਗਤਾਂ ਦੱਸਿਆ ਸੀ ਅਤੇ ਉਸ ਗੱਡੀ ਚੱਕੀ ਜਾਣੀ ਸੀ। ਉਹਨਾਂ ਫਿਰ ਆਖਿਆ ਵੀ ਇਹ ਜੀ ਨਹੀਂ ਜਾਂਦੇ ਪੈਦਲ ਪੈਦਲ ਜਾਣ ਗੱਡੀ ਚਲੀ ਜਾਂਦੀ ਜਾਣ। ਉਹ ਅਸਲੇ ਵਾਲੇ ਬੰਦਿਆਂ ਨੇ ਅਸੀਂ ਰਾਜ ਪਿੰਡ ਫੂਕੀ ਜਾਣ ਦੇ ਇਸੇ ਅਸਲਾ ਕਿਸੇ ਕੋਈ ਹੈ ਹੀ ਨਹੀਂ ਸੀ।
साडे पिंडा में किसी को रफा परसाव नहीं सी। अच्छा अच्छा वो सौखे लोग सन उन्हां को सब कोई सी। वो फिर गड्डी डकी सन ने ते उन्हां फैरम कीती सी। ए फिर बंदे मुंडे गड्डी दे विच वड़ गए, इन्हां गड्डी दे विच मारे सन हिंदू लहू नाल वटे भरचे सन। असीं एवें तां झूठ मारी रेल के वटियां दे उत्ते ना लहू वगिया। पांच छे बंदे साढ़े मुसलमान मोए, एक साढ़ा रिश्तेदार भी मोया, कला ही पुत्र मापिया ने जी भी गोली उन्होंने लगी। ते उधरों भी को आए थे ने जी इधर? फिर बेबा इत्थे कोई फैमिली आई है? बेबा साढ़े अद्धा पिंड है। अच्छा पिंड है सर। अस्सलाम वालेकुम जी। अस्सलाम वालेकुम। अच्छा जी की नाम है जी तुहाडा? मोहम्मद बशीर। अच्छा जी लाला जी सानू कुछ दसो पुरानी गल। पुरानी वक्त की गल दसी है जी कि उदो प्यार से मुहब्बत सलूक बड़ा सी जिया ने लिखे बलादरी के तौर से। एक दी धी की शादी होनी तकरीबन दूजे मरे सारे जान के पुछना भाई मिया तेरी धी की शादी तू की चाहन है ਉਹਨੂੰ ਇੱਕ ਦੂਜੇ ਨੂੰ ਪੁੱਛ ਲੈਂਦੇ ਆ। ਹੁਣ ਇਹ ਵਕਤ ਜਿਹੜਾ ਹੁਣ ਜਿਹੜਾ ਵਕਤ ਆਇਆ ਹੁਣ ਭਰਾ ਭਰਾਵਾਂ ਨਹੀਂ ਪੁੱਛਦੇ ਨਾ। ਬਿਲਕੁਲ ਜੀ ਜੀ ਉਦੋਂ ਦਾ ਵਕਤ ਜੀ ਜਿਹੜਾ ਸੀ ਨਾ ਬਾਬਾ ਜੀ ਗਰਦ ਹਿੰਦੂ ਲੋਕ ਅਸੀਂ ਅੱਜ ਤੇ ਹਰ ਨਾ ਕਾਫਰ ਸਨ। ਉਹ ਗਰੀਬ ਦੀ ਭਾਵੇਂ ਦੂ ਸੂਦ ਲੈਂਦੀ ਉਹਨੇ ਸੂਦ ਉਦੋਂ ਵੱਧ ਲੈਂਦੇ ਆ। ਉਹ ਤੇ 3000 ਰੁਪਈਆ ਸੂਦ ਰੁਪਏ 100 ਪਿੱਛੇ ਲੈਂਦੇ ਹਨ। अच्छा लाला जी दसो इत कोई ऐसा खानदान है जिन्हों तुसी जान दे सो पुराना कोई ना दसो पुराने ਜਿਹੜੇ ਲੋਕ ਇੱਥੇ ਰਹਿੰਦੇ ਸਨ ਉਹਨਾਂ ਦੇ ਕੋਈ ਨਾਂ ਲਵੋ ਹਾਂ ਪੁਰਾਣਿਆਂ ਦੇ ਨਿਜਾਮ ਦੀ ਨੰਬਰ ਹੁੰਦਾ ਸੀ ਪੁਰਾਣਾ ਸੀ ਇਹਨਾਂ ਦਾ ਪਿਓ ਸੀ ਯੂਸਫ ਉਹਨਾਂ ਦਾ ਜਿਹੜਾ ਦਾਦਾ ਸੀ ਉਹ ਆਡਾ ਦੇਣ ਦੇ ਕੰਮ ਕਰਦਾ ਮਤਲਬ 3-4 ਘਰ ਸਨ ਖਾਦਾ ਦੇ ਇੱਥੇ ਟਾਂਗੇ ਵਾਲੇ ਦਾ ਮਸ਼ਹੂਰ ਟਾਂਗੇ ਵਾਲਾ ਘਰ ਸੀ ਪੰਜਾਬ ਸਿੰਘ। ਅੱਛਾ ਅੱਛਾ ਤੇ ਕਿੰਨੇ ਭਰਾ ਹਨ ਜੀ? ਉਹ ਕੱਲਾ ਹੀ ਸੀ ਤੇ ਅੱਗੋ ਬੱਚੇ ਓਹਦੇ ਹੈ ਸਨ? ਬੱਚਾ ਸੀ ਕੱਪੜੇ ਦਾ। ਅੱਛਾ 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 ਤੇ ਬਾਬਾ ਠੀਕ ਠਾਕ ਸੀ ਬੰਦਾ? ਉੱਚੀ ਕੁਆਲਿਟੀ ਦੇ ਹਲੇ ਜਿੱਥੇ ਵੀ। ਅੱਛਾ ਅੱਛਾ ਹੋਰ ਕੋਈ ਇੱਥੇ ਕੋਈ ਹਿੰਦੂ ਐਸਾ ਕੋਈ ਅਮੀਰ ਆਦਮੀ ਜਿਹੜਾ ਸੀ ਅਮੀਰ ਆਦਮੀ ਕੋਈ ਹਿੰਦੂ ਓਹਦਾ ਨਾਂ ਲਵੋ ਕੋਈ ਜਿਹੜੇ ਕੋਈ ਠੀਕ ਠਾਕ ਸਨ? ਸਾਰਾ ਤੋਂ ਵਰਲਡ ਨੰਬਰ ਮੀਰ ਜਿਹੜੇ ਹਨ ਇਹ ਕੋਠੀ ਵਾਲੇ ਹੰਸਰਾਜ ਹੰਸਰਾਜ ਜੀ। ਅੱਛਾ ਅੱਛਾ ਉਹ ਹਿੰਦੂ ਸਨ। ਅੱਛਾ ਅੱਛਾ ਤੇ ਇਹ ਜਿਹੜਾ ਦੌਲਤਗੜ੍ਹ ਹੈ ਇਹ ਉਹ ਜਦੋਂ ਸਨ 47 ਤੋਂ ਪਹਿਲਾਂ ਉਦੋਂ ਮਤਲਬ ਤੁਸੀਂ ਕਹਿੰਦੇ ਹੋ ਕਿ ਅਦਾਲਤ ਇੱਥੇ ਨਹੀਂ ਸੀ ਲੱਗਦੀ ਖਤਮ ਹੋ ਗਈ ਉਹ ਮਤਲਬ ਅਦਾਲਤਗੜ੍ਹ ਹੈ ਪਿੰਡ ਦਾ ਨਾਂ ਹੈ ਅਸੀਂ ਇਹ ਇਹਦਾ ਜਿਹੜਾ ਦਰਵਾਜ਼ਾ ਸੀਗਾ ਸਹੀ ਸਿਆਲਕੋਟ ਦਾ ਇਹ ਗੋਕੀ ਸੀ। ਅੱਛਾ 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 ਸਾਡੇ ਵੱਡੇ ਜਾਤ ਨਹੀਂ ਸੀ ਰੁਕੀ ਬੁਝਾ। ਤੇ ਇੱਥੇ ਜੀ ਜਿਹੜੀ ਲਾਲ ਵੇਲੀ ਆਉਂਦੇ ਨੇ ਬਾਹਰ ਸੀ ਲਾਲ ਵੇਲੀ ਉਹ ਕਿਹਦੀ ਸੀ? ਕਹਿੰਦੇ ਨੇ ਕੋਈ ਲਾਲ ਵੇਲੀ ਸੀ ਇੱਥੇ ਲਾਲ ਵੇਲੀ ਆਹੋ ਬਾਹਰ ਮੇਨ ਰੋਡ ਦੇ ਉੱਤੇ ਕੋਈ ਰੋਡ ਤੇ ਕੋਠੀ ਸੀ ਉਹ ਅੱਛਾ
ਤੁਸੀਂ ਚਲੇ ਗਿਆ ਤਾਂ ਤਾਂ ਕਹਿਣਾ ਕਿ ਕੰਮ ਉਹ ਬੜੇ ਅਮੀਰ ਸਨ ਬਾਗ ਲੱਗਾ ਹੁੰਦਾ ਸੀ ਸੰਤਰਿਆਂ ਦਾ ਦੋਨੇ ਤਰੇੜੇ ਲੈਟ ਚਲੇ ਸੰਤਰੇ ਨੇ ਸੰਤਰਿਆਂ ਦਾ ਬਾਗ ਸੀ ਉਹਨਾਂ ਦਾ ਬਹੁਤ ਵੱਡਾ ਅੱਛਾ ਜੀ 102 ਤੁਸੀਂ ਅੱਛਾ 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 ਮੈਂ ਗਿਆ ਤੇ ਮੇਰੇ ਪੰਜ ਬਾਹਰ ਚੜ੍ਹਦਾ ਸੀ ਥੋੜ੍ਹਾ ਦਿਲ ਕੀਤਾ ਸੰਤਰੇ ਖਾ ਮੈਨੂੰ ਆਖਣਾ ਜਾ ਕੇ ਉੱਥੇ ਟਾਇਆ ਰੱਖ ਗਈ ਕਿ ਤੁਹਾਡਾ ਪੂਰ ਜਾਗਰ ਲੱਗ ਬਸ ਸੰਤਰੇ ਖਾ ਲੈ ਜ਼ਰੂਰ ਸੀ ਅੱਛਾ ਅੱਛਾ ਉਹ ਜਾ ਕੇ ਅਲਸਰਾ ਸੀ ਇੱਕ ਬਾਗ ਦੀ ਕਿੱਦਾਂ ਸੀ ਇੱਕ ਬਾਗ ਦਿੱਤੀ ਮੈਂ ਕਹਿਤਾ ਕਹਿਤਾ ਜੀ ਤੁਹਾਡਾ ਪੂਰ ਜਾਗਰ ਲੱਗ ਗਿਆ ਕਿਹੜਾ ਪੁੱਤਰ ਮੈਂ ਜੀ ਮੈਂ ਗਿਲਦਾ ਕਿਹੜਾ ਗਿਲਦਾ ਤੂੰ ਤੂੰ ਦੁੱਧ ਰਹਿ ਜਾ ਅੱਛਾ ਅੱਛਾ ਓਏ ਜਾ ਤੋ ਤੇਰੇ ਬੂਟੇ ਨੇ ਬੜੀ ਡੱਕ ਤੋੜ ਲਿਆ ਪੀ ਕਿਤੇ ਚਾਹੀਦੇ ਤੋੜ ਲੈ ਬਹੁਤ ਅੱਛੇ ਲੋਕ ਸਨ ਜੀ ਫਿਰ ਉਹ ਤੇ ਉਹਨਾਂ ਦੀ ਕੋਈ ਔਲਾਦ ਹੈ ਸੀ ਹੰਸਰਾਜ ਹੋਰਾਂ ਦੀ ਬਾਹਰ ਬ੍ਰਹਮਾ ਜੀ ਰੇ ਬ੍ਰਹਮਾ ਜੀ ਰੇ ਇੱਥੇ ਘੱਟ ਸਰ ਬ੍ਰਹਮਾ ਜੀ ਬਹੁਤ ਬ੍ਰਹਮਾ ਚ ਦੋ ਚਾਰ ਘਰ ਮਤਲਬ ਜਿਹੜੇ ਕੋਠੀਆਂ ਵਿੱਚ ਰਹਿੰਦੇ ਆ ਅੱਛਾ ਅੱਛਾ ਕਦੇ ਚਾਰ ਛਿਆ ਮਹੀਨੇ ਬੰਦ ਹੁੰਦੇ ਆ ਉਹ ਬਾਹਰ ਹੀ ਜ਼ਿਆਦਾ ਰਹੇ ਨੇ ਅੱਛਾ 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 ਤੇ ਕੋਈ ਐਸਾ ਕੋਈ ਉਸ ਦੌਰ ਦਾ ਬੰਦਾ ਕਿ ਜਿਹੜਾ ਤੁਹਾਡੇ ਤੁਹਾਨੂੰ ਵੀ ਜਾਣਦਾ ਹੋਏ ਸਲਾਮ ਦੁਆ ਜੀ ਦੇ ਨਾਲ ਹੋਏ ਕੋਈ ਨਾਂ ਐਸਾ ਹੈ ਕਿ ਜਿਹਨੂੰ ਜਿਹੜਾ ਤੁਹਾਨੂੰ ਨਾਂ ਨਾਲ ਜਾਣਦਾ ਹੋਏ ਨਹੀਂ ਮੈਂ ਨਾ ਕੋਈ ਸਿੱਖ ਜਾਂ ਕੋਈ ਐਸਾ ਉਹ ਜਿਹੜਾ ਹਿੰਦੂ ਸੀ ਤੁਹਾਨੂੰ ਕੋਈ ਨਾਂ ਤੋਂ ਜਾਣਦਾ ਸੀ ਕੋਈ ਯਾਰ ਬੇਲੀ ਜਿਹੜਾ ਕੋ ਥੋੜਾ ਜਿਹਾ ਸਲਾਮ ਦੁਆ ਹੋਏ ਅੱਛਾ ਤੁਸੀਂ ਛੋਟੇ ਸੋ ਅਸੀਂ ਬੈਠੇ ਜੀ ਅੱਛਾ ਅਖੜਾ ਭੱਜਿਆ ਭੱਜਿਆ ਉਹਦੇ ਜਾ ਕੇ ਭੂਆ ਭੂਆ ਪਾਪਾ ਆਇਆ ਪਾਪਾ ਆਇਆ ਪਾਪਾ ਹਾਂ ਹਾਂ ਕਿਆ ਲਿਆ ਉਹਦੇ ਵਿੱਚ ਜੱਫੇ ਤੇ ਬੜੀ ਮੋਟੀ ਸੀ ਹਾਂ ਹਾਂ ਉਹਦੇ ਜੱਫਾ ਦਾ ਬੋਲ ਬਾ ਲੈਣਾ ਹਾਂ ਹਾਂ ਆ ਆ ਜੀ ਲੈ ਕੇ ਪੈਰ ਹੈਗਾ ਤੱਤ ਮੈਂ ਚੌਂਕਾ ਪੇਟ ਹੋ ਗਿਆ ਮੈਂ ਚੌਂਕਾ ਪੇਟ ਕਿਉਂ ਕੰਪਲੀਟ ਹੋ ਗਿਆ ਇਹ ਲੋਕ ਸਾਡੇ ਹਨ ਜੀ ਅਸੀਂ ਕਹਿੰਦੇ ਪਿਆ ਪਿਆਰ ਬਬਤੀ ਖਾਧੇ ਹੋਵੇ ਮੈਂ ਕੋਈ ਭੁੱਖਾ ਮੇਰਾ ਭਰਾ ਸਕਾ ਜਦੋਂ ਤੂੰ ਇਹ ਨਹੀਂ ਪੁੱਛਦਾ ਭਾਅ ਰੋਟੀ ਖਾਧੀ ਹੈ ਤੇਰੀ ਟਾਈਮ ਸਮਝਦੀ ਵੀ ਨਹੀਂ ਗੱਲ ਹਾਂ 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 ਜੀ ਬਹੁਤ ਅੱਛੇ ਲੋਕ ਸਨ ਉਦੋਂ ਉਸ ਦੌਰ ਦੇ ਵਿੱਚ ਮਤਲਬ ਦੱਸਦੇ ਨੇ ਬਜ਼ੁਰਗ ਕਿ ਬੜੇ ਅੱਛੇ ਲੋਕ ਸਨ ਕਿਸੇ ਧੀ ਭੈਣ ਦੀ ਸ਼ਾਦੀ ਹੋਣੀ ਨਾ ਕਿਸੇ ਦੀ ਤੇ ਉਹਨਾਂ ਨੇ ਕਹਿਣਾ ਉਹ ਬਈ ਉੱਥੇ ਮਿਲ ਕੇ ਆਈਏ ਉਹਨਾਂ ਬੜੀ ਮਦਦ ਕਰਨੀ ਬੜੀ ਲੋਕਾਂ ਦੀ ਹੈਲਪ ਕਰਦੇ ਸਨ ਬਹੁਤਾ ਮਤਲਬ ਦੁਨੀਆਂ ਵੀਰ ਹੋ ਗਈ ਤੇ ਵੀਰ ਵੀ ਦੁਨੀਆਂ ਹੋ ਗਈ ਹੈ ਤੇ ਗਫਲਤ ਬਹੁਤ ਹੀ ਹੋ ਗਈ ਔਰ ਫਿਰ ਛਾੜ ਕੋਈ ਨਹੀਂ ਛਾੜ ਕੋਈ ਨਹੀਂ ਬਿਲਕੁਲ ਬਿਲਕੁਲ ਇੱਥੇ ਖੱਤਰੀਆ ਦੇ ਮਾਮੇ ਦੀ ਉਹਨਾਂ ਨੇ ਕੀਤੀ ਕੋਈ ਟਿਚਕਰ ਮਿਲਾ ਕੇ ਉਹਨਾਂ ਦਾ ਕੀ ਨਾਂ ਸੀ ਖੱਤਰੀਆਂ ਦਾ ਖੱਤਰੀ ਉਹਨਾਂ ਦਾ ਅਥਰ ਬਾਲ ਹਾਂ ਬੜਾ ਮੋਟਾ ਜਵਾਨ ਅੱਛਾ ਉਹਦਾ ਕੋਈ ਜਵੈਲਰੀ ਕੀਤੀ ਇੱਥੇ ਜਿਹਨੇ ਟਾਂਗਿਆ ਲਿਆ ਸਨ ਇਹ ਇਕੱਠੇ ਕਹੋ ਕੇ ਆਖ ਲੈ ਜਿਹੜਾ ਜਵਾਲੀ ਸਵਾਰੀ ਬਾਲੇ ਇਹ ਜਵਾਹ ਨੂੰ ਖੜੇ ਪੰਜ ਜੁੱਤੀਆਂ ਨੂੰ ਕਿਹੜਾ ਪਾਣੀ ਦਾ 50 ਰੁਪਏ ਦੀ ਰਵਾਨਾ 50 ਰੁਪਏ ਉਹ ਧੋਤੇ ਕੀ ਸਕੋਦੀ ਸੀ ਦੋ ਦਿਨ ਬਾਅਦ ਰੱਖਿਆ 3 ਦਿਨ ਹਲਾ ਕੇ ਪੈਰ ਹੀ ਡਿੱਗੇ ਖੁਦਾ ਪਰਮੇਸ਼ਰ ਦਾ ਵਾਸਤਾ ਸਾਨੂੰ ਮਾਫ਼ ਕਰ ਦੇ ਸਾਨੂੰ ਮਾਫ਼ ਕਰ ਸ਼ੁਰੂ ਅਗਰ ਸਾਡੇ ਕੋਲ ਗਲਤੀ ਹੋ ਗਈ ਹੈ ਸਾਡੇ ਬੱਚੇ ਨੂੰ ਸਾਡੇ ਪੈਰ ਹੀ ਡਿੱਗੇ ਤੇ ਪੰਜੀਆਂ ਵੱਡਿਆਂ ਦੀ ਰੋਟੀ ਖਵਾਈ ਤੇ ਤਾਂ ਨਾ ਸੁਣਾ ਕੇ ਇਹ ਗੱਲ ਹੈ ਜੀ ਉਦੋਂ ਦਾ ਵਕਤ ਕੁਛ ਹੋਰ ਸੀ ਹੋਰ ਬਾਵਜੂਦ ਜੇ ਤੁਹਾਡੇ ਮੋਢੇ ਜਿਹੜੇ 10,000 ਤੂੰ ਤਾਂ ਇਹ ਨਹੀਂ ਕਿਹੜਾ ਗਰੀਬ ਆਦਮੀ ਜਾ ਰਿਹਾ ਕੋਈ ਮਦਦ ਕਰ ਬਿਲਕੁਲ ਬਿਲਕੁਲ ਉਦੋਂ ਇਹ ਸੀ ਮੇਰੀ ਧੀ ਮੇਰੀ ਭੈਣ ਦੀ ਸ਼ਾਦੀ ਧੀ ਦੀ ਸ਼ਾਦੀ ਤੁਸੀਂ ਆਏ ਬਾਬਾ ਜੀ ਆ ਕਿਸੇ ਚੀਜ਼ ਦੀ ਜ਼ਰੂਰਤ ਜੇ ਬਿਲਕੁਲ ਬਿਲਕੁਲ ਹਾਂਜੀ ਬਾਬਾ ਜੀ ਬਾਬਾ ਜੀ ਕਿਸੇ ਚੌਲਾਂ ਦੀ ਜ਼ਰੂਰਤ ਹੈ ਘਿਓ ਦੀ ਜ਼ਰੂਰਤ ਹੈ ਚੀਨੀ ਦੀ ਜ਼ਰੂਰਤ ਹੈ ਜਿਹੜੀ ਚੀਜ਼ ਦੀ ਜ਼ਰੂਰਤ
पुत्र धी की शादी कर लगा कोई कपड़ा लगता कोई लै दे कोई कोई तू गल कर हाँ जी हो ना अजकल ते ओ गल नहीं जी ओ गल नहीं रही ओड़े वेग बाल जो आ जे खा लो नहीं तो चुप का गद बैठ लो लाला जी बहुत मेहरबानी ते इंशाल्लाह फिर जेड़ा ना तुहाडे नाल गुफ्तगू करा के बाद दे विच जदों कोई तो उधरों सानू को कहेगा ना कोई गल पुछेगा ते फिर तुहानू पुछांगे ते लो इजाजत चाहने आ फिर इंशाल्लाह मुलाकात होएगी जी ओके जी।